ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ MLA ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਬੱਸ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਉਸ ਬੱਸ ਨੂੰ ਤੋੜ ਦਿੱਤਾ ਜਾਵੇਗਾ। ਲੁਧਿਆਣਾ ਵਿਖੇ ਕਾਂਗਰਸ ਵੱਲੋਂ ਬਿੱਟੂ ਦੀ ਅਗਵਾਈ ਵਿੱਚ ਜ਼ਿਲ੍ਹਾ ਕਾਂਗਰਸ ਦਫ਼ਤਰ ਤੋਂ ਘੰਟਾ ਘਰ ਚੌਂਕ ਤੱਕ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਪੁਲਵਾਮਾ ਵਿਖੇ ਆਤੰਕੀ ਹਮਲੇ ਵਿੱਚ ਸ਼ਹੀਦ ਹੋਏ CRPF ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਗਏ। ਬਿੱਟੂ ਨੇ ਕਿਹਾ ਕਿ ਹੁਣ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦਾ ਵੇਲਾ ਆ ਗਿਆ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਆਤੰਕੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਅੱਜ ਸਾਰੇ ਦੇਸ਼ ਦਾ ਸੈਂਟੀਮੈਂਟ ਆ, ਇਹ ਸੜਕਾਂ 'ਤੇ ਸਾਰਾ ਦੇਸ਼ ਆਇਆ ਹੋਇਆ ਅੱਜ, ਕਿਉਂਕਿ ਇੱਕ ਭੋਰਾ ਕੁ ਦੇਸ਼ ਪਾਕਿਸਤਾਨ ਜਿਹਦੀ ਕੋਈ ਹਿੰਮਤ ਨਹੀਂ ਗਈ ਸਾਡੇ ਮੂਹਰੇ, ਉਹ ਸਾਡੇ 42 ਨੌਜਵਾਨ ਜਿਹੜੇ ਫੌਜੀ ਨੇ ਨੌਜਵਾਨ ਉਹਨੂੰ ਸ਼ਹੀਦ ਕਰ ਦੇ, ਉਹਨੂੰ ਸਬਕ ਨਹੀਂ ਸਿਖਾਉਣਾ। ਅੱਜ ਇਕੱਲਾ ਦੇਸ਼ ਵਾਸੀ ਅੱਜ ਆਪਣੀ ਆਪਣੀ ਉਸ ਪਰਿਵਾਰਾਂ ਨਾਲ, ਉਹ ਸ਼ਹੀਦ ਪਰਿਵਾਰਾਂ ਨਾਲ ਆਪਣਾ ਆਪਣਾ ਸੈਂਟੀਮੈਂਟ ਦੱਸ ਰਿਹਾ, ਆਪਣਾ ਦੱਸ ਰਿਹਾ ਵੀ ਅਸੀਂ ਕਿਸ ਤਰੀਕੇ ਨਾਲ ਉਹਨਾਂ ਨਾਲ ਸਭ ਕੁਛ ਕਰਨ ਲਈ ਤਿਆਰ ਹਾਂ, ਸਭ ਕੁਛ ਮਰਨ ਮਿਟਣ ਲਈ ਤਿਆਰ ਹਾਂ ਆਪਣੇ ਦੇਸ਼ ਖਾਤਰ, ਪਰ ਹੁਣ ਪਾਕਿਸਤਾਨ ਨਹੀਂ ਬਖਸ਼ਿਆ ਜਾਊਗਾ। ਜਿਵੇਂ ਅਮੈਰੀਕਾ ਨੇ ਉਹਨੇ ਕੰਧ ਖਿੱਚਣ ਦੀ ਗੱਲ ਕਰ ਲਈ ਆਪਣੇ ਮੈਕਸੀਕੋ ਨਾਲ, ਅਸੀਂ ਕਿਉਂ ਨਹੀਂ? ਕਿਹੜੀਆਂ ਬੱਸਾਂ ਚੱਲ ਰਹੀਆਂ? ਸਭ ਬੱਸਾਂ ਜਿਹੜੀਆਂ ਪਾਕਿਸਤਾਨ ਬੰਦ ਹੋਣਾ ਚਾਹੀਦਾ, ਸਾਰਾ ਵਪਾਰ ਇਹਨਾਂ ਨਾਲ ਬੰਦ ਹੋਣਾ ਚਾਹੀਦਾ, ਇਹਨਾਂ ਦਾ ਭੁੱਖੇ ਮਾਰ ਦੇਣਾ ਚਾਹੀਦਾ ਇਸ ਦੇਸ਼ ਨੂੰ, ਇਹਨਾਂ ਦੀ ਹਿੰਮਤ ਨਹੀਂ। ਸਾਰਾ ਪਾਕਿਸਤਾਨ ਇਹ ਗੱਲ ਕਹੇ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਮਾੜਾ ਕੀਤਾ, ਅਸੀਂ ਸਾਰੇ ਪਾਕਿਸਤਾਨੀ ਹਿੰਦੁਸਤਾਨ ਦੇ ਨਾਲ ਹਾਂ। ਨਹੀਂ, ਸਾਰਾ ਵਪਾਰਕ ਫਾਈਨੈਂਸ਼ੀਅਲ ਹਰ ਚੀਜ਼ ਉਹਨਾਂ ਨਾਲ ਬੰਦ ਕਰਨੀ ਚਾਹੀਦੀ, ਅੱਜ ਫੈਸਲਾ ਲੈਣਾ ਪਊਗਾ ਮੁਲਕ ਨੂੰ। ਲਾਹੌਰ ਬੱਸ, ਕਿਹੜਾ ਲਾਹੌਰ? ਕੋਈ ਬੱਸ ਸਰਵਿਸ ਨਹੀਂ ਇਹਨਾਂ ਨਾਲ ਚੱਲਣੀ ਚਾਹੀਦੀ, ਇਹਨਾਂ ਨਾਲ ਸਿਰਫ ਗੋਲੀ ਅਤੇ ਬੰਬ ਦਾ ਇਹਨਾਂ ਨੂੰ ਜਵਾਬ ਦੇਣਾ ਪਊਗਾ। ਬੱਸ ਨਹੀਂ ਭੇਜਣੀ ਇਹਨਾਂ ਦੀ, ਹਰ ਚੀਜ਼ ਜਿਹੜੀ ਬੰਦ ਕਰਨੀ ਪਊਗੀ। ਇਹ ਤਾਂ ਬੰਦੇ ਦੇ ਪੁੱਤ ਬਣਨਗੇ ਅੱਜ ਇਹ ਸੈਂਟੀਮੈਂਟ, ਅਤੇ ਸਰਕਾਰ ਨੂੰ ਇਹ ਵਾਰਨਿੰਗ ਦਿੰਦੇ ਹਾਂ ਜੇ ਜਲਦੀ ਤੋਂ ਜਲਦੀ ਇਹ ਕੰਮ ਨਾ ਕੀਤਾ, ਦਿਨ ਬਹੁਤ ਥੋੜ੍ਹੇ ਆ, ਤਾਂ ਸਾਰੇ ਲੋਕ ਜਿਹੜੇ ਉਹ ਸੜਕਾਂ 'ਤੇ ਉਤਰੇ ਆਉਣਗੇ, ਅਤੇ ਬਹੁਤ ਭਾਰੀ ਗੁੱਸਾ ਰੋਸ ਆ ਲੋਕਾਂ ਦੇ ਵਿੱਚ, ਉਹ ਰੋਸ ਆ ਜਿਹੜਾ ਸੜਕਾਂ 'ਤੇ ਦਿਖ ਰਿਹਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।